ਸਤਿਕਾਰ ਜੀ ਕਾਕਾ ਕੈਨੇਡਾ ਚੱਕੜਾ ਗਰੁੱਪ ਵੱਲੋਂ ਅਤੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਕਿੰਗਰੇ ਅਤੇ ਉੱਥੋਂ ਦੇ ਖਿਡਾਰੀ ਸਰਦਾਰ ਟਹਿਲ ਸਿੰਘ ਅਤੇ ਬਿੰਦਰ ਕਿੰਗਰੇ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਅਤੇ ਅੱਜ ਪਿੰਡ ਦਾ ਜਿਹੜਾ ਆਪਣੇ ਕਬੂਤਰਬਾਜ਼ ਖਿਡਾਰੀ ਕਿੰਗਰੇ ਦੇ ਵਿੱਚ ਬਾਜ਼ੀਆਂ ਛੱਡਦੇ ਹੈ ਹਾਂਜੀ ਦੋਸਤੋ ਇਹ ਨੇ ਆਪਣੇ ਬਜ਼ੁਰਗ ਖਿਡਾਰੀ ਬਸੰਤ ਸਿੰਘ ਕਿੰਗਰਾ ਜਿਨ੍ਹਾਂ ਨੂੰ ਟਹਿਲ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਨੇ ਟਹਿਲ ਸਿੰਘ ਜੀ ਹੁਣ ਮਿਲਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਉਹਨਾਂ ਦੇ ਨਾਲ ਆਪਣੇ ਸਟਾਰ ਖਿਡਾਰੀ ਜੋ ਕਿ ਬਿੰਦਰ ਕਿੰਗਰਾ ਜੀ ਸਤਿ ਸ਼੍ਰੀ ਅਕਾਲ ਇਹਨਾਂ ਦੇ ਭਤੀਜੇ ਹੈ ਆਪਣੇ ਕੀ ਨਾਂ ਜੀ ਆਪਣੇ ਕਾਲਾ ਸਿੰਘ ਜੀ ਨਾਲ ਸਤਾਰਾ ਵੀਰ ਮਾਨੀ ਵਾਲੇ ਤੋਂ ਜੋ ਕਿ ਕਬੂਤਰ ਵੀ ਰੱਖਦਾ ਵੀਰ ਅਤੇ ਨਾਲ ਗੀਤਕਾਰੀ ਦਾ ਸ਼ੌਕ ਵੀ ਹੈ ਵੀਰ ਨੂੰ ਕਾਫੀ ਗੀਤ ਲਿਖੇ ਆ ਇਸ ਵੀਰ ਨੇ ਅਤੇ ਹਾਂਜੀ ਹੁਣ ਦੱਸੋ ਤੁਸੀਂ ਵੀ ਆਪਣੇ ਕੋਲ ਕਿਹੜੀ ਨਸਲ ਦੇ ਕਬੂਤਰ ਹੈ ਮੇਰੇ ਕੋਲ ਜੀ ਕਬੂਤਰਾਂ ਵਾਲੇ ਛਾਕ ਚਿੱਟੇ ਛਾਕ ਹੈ ਜੀ ਜੀ ਚਿੱਟੇ ਵਾਲੇ ਸੀ ਕਾਲ ਸਿਰੇ ਸੀ ਬਾਜ਼ੀਆਂ ਛੱਡਣ ਵਾਲੇ ਬਹੁਤ ਬੜੇ ਜ਼ਬਰਦਸਤ ਕਬੂਤਰ ਸੀ ਠੀਕ ਹੈ ਠੀਕ ਹੈ ਹੁਣ ਕਬੂਤਰ ਤੋਂ ਮੁੜ ਕੇ ਫਿਰ ਦੂਜੇ ਯਾਰ ਕਬੂਤਰ ਹੋ ਗਏ ਖੱਟੀਆਂ ਖਾਂ ਵਾਲੇ ਠੀਕ ਹੈ ਸ਼ਾਹ ਆਖੇ ਵੀ ਬੱਚੇ ਕੱਢਦੇ ਆ ਹੁਣ ਤੁਹਾਡੇ ਕੋਲ ਹੈਗੇ ਉਹ ਸ਼ਾਹ ਆਖੇ ਅਤੇ ਕਾਲ ਸਾਰੇ ਹੈਗੇ ਆ ਕਬੂਤਰ ਖਾਓ ਜੀ ਮਾੜਾ ਜਿਹਾ ਹੈਗੇ ਆ ਥੋੜ੍ਹਾ ਜਿਹਾ ਘੱਟਣਾ ਚਾਹੁਣਗੇ ਆਪਣੇ ਘੱਟ ਕਰਦੇ ਮਾੜਾ ਫੋਨ ਫੜ ਲਓ ਹੈਲੋ ਬਾਈ ਸਾਲ ਦੀ ਉਮਰ ਸੀ ਉਦੋਂ ਤੁਸੀਂ ਇਹ ਜਿਹੜੇ ਕਬੂਤਰ ਹੈ ਸ਼ੌਕ ਰੱਖ ਲਿਆ ਸੀ ਹਾਂ ਉਦੋਂ ਦਾ ਹੀ ਰੱਖੀ ਉਹਨਾਂ ਬਸ ਠੀਕ ਹੈ ਜੀ ਤੇ ਕੋਈ ਘਰਦਿਆਂ ਦਾ ਸਹਿਯੋਗ ਉਦੋਂ ਜਿਵੇਂ ਕਿ ਆਮ ਕਬੂਤਰਾਂ ਵਾਲੇ ਜਦੋਂ ਤੁਹਾਡੀ ਉਮਰ 22 ਸਾਲ ਦੀ ਸੀ ਗੱਲ ਉਦੋਂ ਹੁੰਦੀ ਹੈ ਪੜ੍ਹਾਈ ਲਿਖਾਈ ਦੀ ਉਦੋਂ ਤੁਹਾਡੇ ਜਿਹੜੇ ਮੰਮੀ ਪਾਪਾ ਸੀ ਬਜ਼ੁਰਗ ਉਹ ਲੜਦੇ ਨਹੀਂ ਸੀ ਕਬੂਤਰਾਂ ਤੋਂ ਕਬੂਤਰਾਂ ਨਹੀਂ ਕੋਈ ਲੜਿਆ ਮੈਨੂੰ ਕੋਈ ਲੜਦਾ ਗਾ ਕਬੂਤਰ ਆਪਦੀ ਤਰਕੀ ਨਹੀਂ ਕਬੂਤਰ ਛੱਡੇ ਜਾਂਦੇ ਠੀਕ ਮੈਂ ਲੜ ਕੇ ਇੱਜ਼ਤ ਮਾਣ ਕਰਦੇ ਸੀ ਕਬੂਤਰ ਛੱਡ ਕੇ ਉਦੋਂ ਤੋਂ ਜਦੋਂ ਤੋਂ ਹੀ ਕਬੂਤਰ ਰੱਖੀ ਜਾਂਦਾ ਮੈਂ ਠੀਕ ਹੈ ਜੀ ਕਿਹਦੇ ਨਾਲ ਤੁਸੀਂ ਬਾਜ਼ੀਆਂ ਛੱਡੀਆਂ ਉਹਨਾਂ ਟਾਈਮਾਂ ਦੇ ਵਿੱਚ ਪਹਿਲਾਂ ਸਭ ਤੋਂ ਮੈਂ ਜਿੱਤੀ ਧੂਰਕੋਟ ਪਹਿਲੇ ਦਿਨ ਬਾਜੀ ਸਭ ਦੀ ਪਹਿਲੀ ਬਾਜੀ ਉਹ ਜਿੱਤੀ ਜੀ ਉਹਦੇ 15 ਕਬੂਤਰ ਸੀ 15 ਦੇ 15 ਅੱਧਾ ਘੰਟਾ ਲੀਡ ਕੱਢੀ ਉਹਨਾਂ ਦੀ ਘੰਟਾ ਦਾ ਹੀ ਕੌਣ ਕੌਣ ਉਸ ਬਾਜੀ ਦੇ ਵਿੱਚ ਸੀਗੇ ਉਦੋਂ ਉਹਦੇ ਜਿਹੜੇ ਖਿਡਾਰੀ ਸੀ ਜਿਵੇਂ ਜਸਵੀਰ ਬਾਦਲ ਸੀ ਨਾਂ ਨੀ ਉਹਨੇ ਬੰਦੇ 40 ਬੰਦੇ ਬੰਦ ਇਕੱਠੇ ਹੋ ਜਾਂਦੇ ਸਾਰੇ ਕੋਈ ਬਾਬਾ ਕਿੰਨੇ ਕਬੂਤਰ ਉੱਡਦੇ ਸੀ ਉਦੋਂ ਉਹਨਾਂ ਟਾਈਮਾਂ 'ਚ ਬਾਜੀਆਂ 'ਚ ਕਬੂਤਰ ਕਿੰਨੇ ਹੁੰਦੇ ਸੀ ਜਿਵੇਂ ਅੱਜ 150 ਹੋ ਜਾਂਦਾ 100 ਹੋ ਜਾਂਦਾ ਉਦੋਂ ਕਿੰਨੇ ਹੁੰਦੇ ਸੀ 10-15 ਹਾਂਜੀ ਵਿੱਚ ਆਈ ਭੁੱਲਰ ਭੁੱਲਰੀ ਬਾਈ ਉਹਦੇ ਹੋਏ ਸੀਗੇ 55 ਸੀ ਠੀਕ ਹੈ 55 ਸਾਲ ਕੱਢ ਕੇ ਕਬੂਤਰ ਸਾਡੀ ਨੂੰਹ ਨੀ ਸਾਡੀ ਨਾਲ ਟਾਕਰਾ ਹੋ ਗਿਆ ਫੂਰਜੂਰਾ ਜੀ 95 ਨੰਬਰ ਰੁਪਈਆ ਰੱਖੇ ਰੁਪਈਆ ਦਿੱਤਾ 100 ਤੋਂ 50 ਰੁਪਈਏ ਜਿੱਤੇ ਠੀਕ ਹੈ ਜੀ ਪੈਸੇ ਲਾ ਕੇ ਬਾਜੀ ਲਾ ਕੇ ਜਿੱਤ ਗਈ ਅਤੇ ਦਿਨ ਛੁਪਾ ਕੇ ਕਬੂਤਰ ਜਿੱਤਿਆ ਉਹਨਾਂ ਨੇ ਦੋ ਹਾਰ ਉਦੋਂ ਮੁੱਢ ਕਿੰਨਾ ਰੱਖਿਆ ਜਾਂਦਾ ਸੀਗਾ ਜਿਵੇਂ ਅੱਜ ਤਾਂ ਮੁੱਢ 5000 ਪਹੁੰਚ ਗਿਆ ਉਦੋਂ ਕਿੰਨਾ ਹੁੰਦਾ ਸੀ ਮੁੱਢ 300 ਰੁਪਈਆ 300 ਰੁਪਈਆ 300 ਜੀ ਆਪਦੇ ਟੱਕ ਨਾਲ ਬਾਜੀ ਵੱਜੀ ਸੀ ਬਾਜ ਟੱਕੀ ਨਾਲ ਵੱਜਿਆ ਸੀ ਠੀਕ ਹੈ ਜੀ ਉਦੋਂ 300 ਰੁਪਈਆ ਜਿਹੜਾ ਇਹਨਾਂ ਦੇ ਟਾਈਮ 'ਚ ਕਬੂਤਰਬਾਜ਼ੀ ਦਾ ਜਿਹੜਾ ਮੁੱਢ ਸੀ ਉਹ 300 ਰੁਪਈਆ ਹੁੰਦਾ ਸੀਗਾ ਅਤੇ ਉਦੋਂ ਸਾਧਨ ਵੀ ਨਹੀਂ ਹੁੰਦੇ ਸੀ ਇੰਨੇ ਮੋਟਰਸਾਈਕਲ ਹੋਰ ਕਾਹਦੇ 'ਤੇ ਜਾਂਦੇ ਸੀ ਬਾਜ਼ੀਆਂ ਛੱਡਣ ਉਦੋਂ ਜੀ ਮੈਂ ਹੱਥ ਨੇ ਬਾਜੀ ਛੋੜ ਕੇ ਅਤੇ ਅੱਧਿਆਂ ਹੱਥ ਹੋ ਗਿਆ ਤੜਕੇ ਉੱਠ ਕੇ ਤੁਰ ਕੇ ਮੁਕਤਸਰ ਤੁਰ ਕੇ ਆਇਆ ਤੁਰ ਕੇ ਰੇਤੇ ਦੇ ਟਿੱਬਿਆਂ ਦੇ ਉੱਤੇ ਵੀ ਤੁਰ ਕੇ ਜਾਂਦੇ ਸੀ ਉੱਤੇ ਉਹਦੇ ਹਾਂਜੀ ਠੀਕ ਹੈ ਜੀ ਅਤੇ ਤੁਹਾਡੇ ਇੱਥੇ ਹੋਰ ਵੀ ਠਾੜ ਚੌਂਕ ਕਬੂਤਰਬਾਜ਼ੀ ਚੱਲੀ ਆ ਜਿਵੇਂ ਨਾਮਦਾਰਾ ਡੋਕ ਉਹਨਾਂ ਨਾਲ ਵੀ ਕੋਈ ਬਾਜੀ ਛੱਡੀ ਹੈ ਤੁਸੀਂ ਨਾਮਦਾਰੇ ਨਾਲ ਛੱਡਦੇ ਡੋਕ ਵਾਲੇ ਨਾਲ ਡੋਕ ਵਾਲੇ ਨਾਮਦਾਰੇ ਨਾਲ ਜਰਨੈਲ ਕਾਨੇ ਵਾਲੇ ਨਾਲ ਨਾਮਦਾਰ ਨਾਲ ਵੀ ਬਾਜੀਆਂ ਹੁੰਦੀਆਂ ਛੱਡੀਆਂ ਸਾਡੀਆਂ ਬਹੁਤ ਛੱਡੀਆਂ ਹੁੰਦੀਆਂ ਵਾਲੇ ਬਾਜੀਆਂ ਛੱਡਦਾ ਮੈਂ
ਰੋਡੇ ਨਾਲ ਛੱਡੇ, ਰੋਡੇ ਨਾਲ ਬੱਚੀਆਂ ਛੱਡੀ ਗਏ, ਭਾਗ ਸੋਨਾ ਲਿਹਾਜ਼ ਨਾਲ ਘੱਟ ਚੁੱਕੀ ਹੈ ਤੇ ਬਹੁਤ ਹੀ ਵਧੀਆ ਆਪਦੇ ਜ਼ਮਾਨੇ ਦੇ ਵਧੀਆ ਖਿਡਾਰੀ ਰਹੇ ਇਹ। ਕਿਸੇ ਨਾਲ ਕੋਈ ਆਪਦੀ ਜ਼ਿੰਦਗੀ 'ਚ ਲੜਾਈ ਜਾਂ ਝਗੜਾ ਇਹਨਾਂ ਨੇ ਨਹੀਂ ਕੀਤਾ। ਮੁਹੱਬਤ ਨਾਲ ਹੀ ਜਿੰਨੀਆਂ ਵੀ ਬਾਜ਼ੀਆਂ ਛੱਡੀਆਂ ਇਹਨਾਂ ਨੇ, ਅੱਜ ਤੱਕ ਲੜਿਆ ਨਹੀਂ ਕਿਸੇ ਨਾਲ ਜੀ, ਅੱਜ ਤੱਕ ਕਿਸੇ ਬੰਦੇ ਨਾਲ ਟਹਿਲਾ 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 ਕਰਕੇ ਰੱਖਿਆ ਅਤੇ ਨਹੀਂ ਲੜਿਆ ਨਹੀਂ, ਜਿਹਦੇ ਨਾਲ ਕਿਸੇ ਨੇ ਨਹੀਂ ਜਾਂਦੇ, ਕੋਈ ਰੌਲਾ ਨਹੀਂ ਕੋਈ ਨਹੀਂ। ਕੁੱਕੜਾਂ ਦਾ ਵੀ ਸ਼ੌਂਕ ਆ, ਤੁਹਾਨੂੰ ਸੁਣਿਆ ਤੁਹਾਡੇ ਕੋਲ ਕੁੱਕੜਾਂ ਬਹੁਤ ਚੰਗੇ ਆ। ਕੁੱਕੜ ਤਾਂ ਮੈਂ 10 ਬਾਜ਼ੀਆਂ ਦੀ ਉੱਪਰ ਲੜਾਏ ਆਪਦੇ ਆਪਦੇ ਜਿਤਾਏ ਹੈਗੇ, ਕੁੱਕੜ ਅਜੇ ਵੀ ਹੈਗੇ ਆ। ਠੀਕ ਹੈ ਜੀ, ਕੁੱਕੜ ਵੀ ਛੋੜਦੇ ਕੰਮ ਕੀਤਾ, ਕੁੱਕੜ ਵੀ ਵਿਖਾਵਾਂਗੇ ਜੀ ਆਪਾਂ ਇਹਨਾਂ ਦੇ। ਅਤੇ ਕਬੂਤਰ ਇਹਨਾਂ ਦੇ ਆਹ ਹੈ, ਥੋੜ੍ਹਾ ਜਿਹਾ ਸਾਡੇ ਸੰਦੀਪ ਕੈਮਰਾਮੈਨ ਨੂੰ ਰਿਕੁਐਸਟ ਹੈ ਕਿ ਇਹਨਾਂ 'ਤੇ ਥੋੜ੍ਹਾ ਜਿਹਾ ਜ਼ੂਮ ਕਰਕੇ ਕਬੂਤਰਾਂ ਨੂੰ ਨੇੜਿਓਂ ਵਿਖਾਇਆ ਜਾਵੇ। ਕਬੂਤਰਬਾਜ਼ੀ ਤੋਂ ਇਲਾਵਾ ਵੀ ਬਜ਼ੁਰਗਾਂ ਨੂੰ ਕੁੱਕੜਾਂ ਦਾ ਬਹੁਤ ਸ਼ੌਕ ਹੈ। ਆਹ ਮੁਰਗਾ ਇਹਨਾਂ ਦਾ ਜਿਹਦਾ ਨਾਂ ਹੈ ਮੋਤੀ, ਮੋਤੀ ਹੈ ਨਾ ਜੀ, ਮੋਤੀ ਜਿਹਦਾ ਨਾਂ ਹੈ ਜੀ ਮੋਤੀ। ਅਤੇ ਕਾਫੀ ਬਾਜ਼ੀਆਂ ਇਹ ਮੁਰਗਾ ਜਿੱਤ ਚੁੱਕਿਆ। ਅਤੇ ਨਾਲ ਹੀ ਵੀਰ ਜਗਦੇਵ ਭੰਗਾਲ, ਜਿਨ੍ਹਾਂ ਨੂੰ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਇਹਨਾਂ ਨੇ ਕਬੂਤਰਾਂ 'ਤੇ ਇੱਕ ਦੋ ਗੀਤ ਵੀ ਲਿਖੇ ਹੈ। ਹੁਣੇ ਇੱਕ ਇਹਨਾਂ ਦਾ ਗੀਤ ਨਵਾਂ ਚੱਲ ਰਿਹਾ, ਰੇਸ਼ਮ ਸਿਕੰਦਰ ਜੀ ਨੇ ਗਾਇਆ। ਇਹਨਾਂ ਨੂੰ ਵੀ ਮੁਰਗਿਆਂ ਦਾ ਬਹੁਤ ਸ਼ੌਕ ਹੈ ਹਠਾੜ ਦੇ ਵਿੱਚ, ਇਹਨਾਂ ਨੂੰ ਵੀ ਕਾਫੀ ਲੋਕ ਜਾਣਦੇ ਆ, ਪਿੰਡ ਇਹਨਾਂ ਦਾ ਭੰਗਾਲਾ। ਤੁਸੀਂ ਕੁਛ ਮੁਰਗਿਆਂ ਬਾਰੇ ਕਹਿਣਾ ਚਾਹੋਗੇ ਜਗਦੇਵ ਜੀ? ਹਾਂਜੀ, ਮੁਰਗਿਆਂ ਦਾ ਸ਼ੌਕ ਸਾਨੂੰ ਵੀ ਬਹੁਤ ਆ। ਆਹ ਮੋਢਾ ਏਰੀਆ ਜਿਹੜਾ ਇਹ ਕੁੱਕੜਾਂ ਦਾ ਜੀ, ਠੀਕ ਹੈ ਜੀ, ਐਸੇ ਏਰੀਏ 'ਚ ਮਤਲਬ ਅਸੀਂ ਵੀ ਦੂਰੋਂ ਆ ਕੇ ਇੱਧਰ ਆ ਕੇ ਮਤਲਬ ਆਪਦਾ ਸ਼ੌਂਕ ਪੂਰਾ ਕਰਦੇ ਹਾਂ। ਠੀਕ ਹੈ, ਠੀਕ ਹੈ। ਮਤਲਬ ਇਹ ਜਿਹੜੀ ਰੀਤ ਆ ਕੁੱਕੜਾਂ ਦੀ ਜ਼ਿਆਦਾ ਇੱਧਰੋਂ ਹਠਾੜ 'ਚੋਂ ਰੀਤ ਚੱਲੀ ਹੈ। ਕਿ ਤੁਸੀਂ ਇਹਨਾਂ ਦੀਆਂ ਵੀ ਜਿਵੇਂ ਕਬੂਤਰਾਂ ਦੀਆਂ ਨਸਲਾਂ ਹੁੰਦੀਆਂ, ਮੁਰਗਿਆਂ ਦੀਆਂ ਵੀ ਨਸਲਾਂ ਹੁੰਦੀਆਂ, ਕੋਈ ਲੜਾਈ 'ਚ ਜਿਹੜੀ ਜ਼ਿਆਦਾ ਫਾਈਟ ਲੜਦੇ ਆ? ਇਹਨਾਂ ਦੀਆਂ ਵੀ ਚੰਗੇ ਮਾੜਿਆਂ ਦੀਆਂ ਵੀ, ਚੰਗਾ ਨਰਾਣੀਆਂ ਦੀਆਂ ਨਰਾਣੀਆਂ ਦੀਆਂ ਜ਼ਿਆਦੇ ਹੈ ਜੀ। ਜਿਹੜਾ ਚੰਗਾ ਤਾਂ ਜਿੱਤੂਗਾ ਨਹੀਂ, ਮਾੜੇ ਨੂੰ ਲੜਿਆ ਨਹੀਂ ਜਾਂਦਾ, ਕੁੱਕੜੇ ਨੂੰ ਲੜਿਆ ਨਹੀਂ ਜਾਂਦਾ ਗਾ। ਅਤੇ ਹਰ ਐਤਵਾਰ ਹਠਾੜ ਦੇ ਵਿੱਚ ਮੁਰਗਿਆਂ ਦੀ ਜਿਹੜੀ ਬਾਜ਼ੀ ਲੱਗਦੀ ਹੈ ਜੀ, ਅਤੇ ਜਿਹਦੇ 'ਚ ਖਿਡਾਰੀ ਆਉਂਦੇ ਆ ਦੂਰੋਂ ਦੂਰੋਂ ਚੱਲ ਕੇ। ਅਤੇ ਹੋਰ ਕੁਛ ਕਹਿਣਾ ਚਾਹੋ ਜੀ ਮੁਰਗਿਆਂ ਬਾਰੇ, ਆਪਦਿਆਂ ਬਾਰੇ? ਕਿੰਨੇ ਮੁਰਗੇ ਆ ਤੁਹਾਡੇ ਕੋਲ ਇਸ ਨਸਲ ਦੇ? ਤੁਸੀਂ ਵੀ ਆਪਦਾ ਮੁਰਗਾ ਲਿਆ ਰਹੇ ਹੋ ਜਗਦੇਵ ਸਿੰਘ ਜੀ ਇੱਥੇ? ਨਹੀਂ, ਆਪਣੇ ਨਾਲ ਹੀ ਹੈ ਜੀ ਸਾਰੇ। ਅੱਛਾ, ਇਹ ਤੁਹਾਡਾ ਜਿਵੇਂ ਕਬੂਤਰਾਂ ਵਾਲਿਆਂ ਦਾ ਗਰੁੱਪ ਹੁੰਦਾ, ਉਵੇਂ ਮੁਰਗੇ ਵਾਲਿਆਂ ਦਾ ਵੀ ਗਰੁੱਪ ਹੁੰਦਾ? ਗਰੁੱਪ ਹੁੰਦਾ ਜੀ, ਡੋਡੀ। ਠੀਕ ਹੈ ਜੀ, ਅਤੇ ਨਾਲ ਹੀ ਤੁਹਾਨੂੰ ਬੁਲਾਉਂਦੇ ਹਾਂ ਜੀ, ਆਪਾਂ ਜ਼ਿਕਰ ਕੀਤਾ ਸੀ ਵੀਰ ਸਤਾਰਾ ਮਾਨੀਵਾਲਾ ਤੋਂ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਬਾਈ ਜੀ, ਮੈਂ ਸਾਰੇ ਕਬੂਤਰਬਾਜ਼ ਖਿਡਾਰੀ ਵੀਰਾਂ ਨੂੰ ਰਿਕੁਐਸਟ ਕਰਦਾ ਕਿ ਉਹ ਬਾਈ ਜੀ ਦਾ ਚੈਨਲ ਚੱਲਦਾ ਜੀ ਏਅਰ ਰਿਕਾਰਡਿੰਗ ਚੈਨਲ, ਇਹ ਸਾਰੇ ਸਰਕਲ ਵਾਈਕ ਸਬਸਕ੍ਰਾਈਬ ਕਰਨ। ਵੀਰ ਦਾ ਕਹਿਣਾ ਕਿ ਆਪਣਾ ਜਿਹੜਾ ਚੈਨਲ ਹੈ ਪਹਿਲਾਂ ਉਹਨੂੰ ਸਬਸਕ੍ਰਾਈਬ ਕਰਨ, ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ, ਅਤੇ ਵੱਧ ਤੋਂ ਵੱਧ ਚੈਨਲ ਵੇਖੋ, ਅਤੇ ਬਹੁਤ ਵਧੀਆ ਵਧੀਆ ਚੀਜ਼ਾਂ ਬਾਈ ਜੀ ਵਿਖਾਉਂਦੇ ਆ ਕਬੂਤਰਬਾਜ਼ੀ ਬਾਰੇ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਾਂ ਜੀ, ਤੁਸੀਂ ਸਾਡੇ ਚੈਨਲ ਬਾਰੇ ਦੋ ਲਾਈਨਾਂ ਕਹੀਆਂ। ਅਤੇ ਹੁਣ ਤੁਹਾਨੂੰ ਵੀ ਸਵਾਲ ਕਰਦੇ ਹਾਂ, ਜਿਹੜਾ ਕਬੂਤਰਬਾਜ਼ੀ ਦਾ ਸ਼ੌਕ ਹੈ ਤੁਹਾਨੂੰ, ਕਿੰਨੀ ਉਮਰ 'ਚ ਅਤੇ ਕਦੋਂ ਕਬੂਤਰ ਰੱਖੇ ਤੁਸੀਂ? ਸ਼ੌਕ ਤਾਂ ਮੈਨੂੰ ਬਚਪਨ ਤੋਂ ਸੀਗਾ ਜੀ, ਘਰ ਦੀਆਂ ਮਜਬੂਰੀਆਂ ਨੇ ਮੈਨੂੰ ਕਬੂਤਰ ਨਹੀਂ ਰੱਖਣ ਦਿੱਤੇ ਜੀ। ਮੈਂ ਆਪਦੀ ਲਾਈਫ ਦੇ ਵਿੱਚ ਸੈੱਟ ਹੋ ਕੇ ਵਿਆਹ ਸ਼ਾਦੀ ਕਰਵਾ ਕੇ ਉਸ ਤੋਂ ਬਾਅਦ ਕਬੂਤਰ ਰੱਖਿਆ ਜੀ ਸਨ 2006 ਦੇ ਵਿੱਚ। 2006 ਦੇ ਵਿੱਚ, ਠੀਕ ਹੈ ਜੀ। ਕਿੱਥੋਂ ਕਬੂਤਰ ਲਏ ਤੁਸੀਂ ਵੀ? ਸਰਦਾਰ ਟਹਿਲ ਸਿੰਘ ਤੋਂ ਜਾਂ ਕਿਸੇ ਹੋਰ ਤੋਂ ਕਬੂਤਰ ਲਿਆਉਂਦੇ? ਨਹੀਂ ਜੀ, ਮੈਂ ਸਟਾਰਟਿੰਗ ਕਬੂਤਰਾਂ ਦੀ ਪਹਿਲਾਂ ਤੋਰੇ ਪਰ ਮਾੜੇ ਮੋਟੇ ਲੈਂਦਾ ਰਿਹਾ, ਪਰ ਜਦੋਂ ਮੈਂ ਬਾਜ਼ੀਆਂ ਛੱਡਣ ਲੱਗਿਆ ਜੀ ਟਹਿਲ ਸਿੰਘ ਦੇ ਘਰੋਂ ਹੀ ਮੈਂ ਕਬੂਤਰ ਲੈ ਕੇ ਗਿਆ ਸੀਗਾ। ਇਹਨਾਂ ਦੇ ਕਬੂਤਰਾਂ ਵਰ ਦੀ ਮੇਰੇ ਕੋਲ ਸਾਰੀ ਪੈਦਾਵਾਰ ਹੈ, ਜਿੰਨੇ ਵੀ 40-50 ਜਾਂ 100 ਕਬੂਤਰ ਆ ਇਹਨਾਂ ਦੇ ਹੀ ਹੈ ਮੇਰੇ ਕੋਲ। ਅਤੇ ਇਹਨਾਂ ਦਾ ਹਠਾੜ ਕਲੱਬ ਵੀ ਬਣਿਆ ਜੀ, ਅਤੇ ਉਹਦੇ ਬਾਰੇ ਵੀ ਕੁਛ ਚਾਨਣਾ ਪਾਓ ਵੀਰਾਂ ਨੂੰ। ਹਾਂਜੀ, ਅਸੀਂ ਜਦੋਂ ਦਾ ਹਠਾੜ ਕਲੱਬ ਚਲਾ ਰਹੇ ਜੀ, ਹਠਾੜ ਕਲੱਬ ਸਾਧਕ ਬਿੰਦਰ ਸਿੰਘ ਕਿੰਗਰਾ, ਮੈਂ ਖੁਦ ਸਤਾਰਾ ਮਾਨੀ ਵਾਲਾ, ਧਨਵੀਰ ਕਾਨੇ ਵਾਲੀ, ਲੱਖਾ ਮਿੱਡੂ ਮਾਨ ਜੀ, ਬਰਜਿੰਦਰ ਸਿੰਘ ਕੋਪਲ ਫਰੀਦਕੋਟ ਜੀ, ਅਤੇ ਸਾਡਾ ਵੀਰ ਟੀਨੂ ਪਾਲ ਘੁੱਦੂ ਵਾਲਾ, ਇਹ ਅਸੀਂ 6 ਬੰਦੇ ਇਸ ਨੂੰ ਵਧੀਆ ਚਲਾ ਰਹੇ ਹਾਂ ਜੀ। ਜਦੋਂ ਦਾ ਅਸੀਂ ਆਪਦੇ ਕਿੰਨੇ ਕਿਸੇ ਦਾ ਪੱਖ ਨਹੀਂ ਕੀਤਾ ਅੱਜ ਤੱਕ, ਸਾਡਾ ਬਹੁਤ ਵਧੀਆ ਕਲੱਬ ਚੱਲੀ ਜਾਂਦਾ ਬਾਈ ਜੀ। ਇਹਦੇ ਵਿੱਚ ਜਿਹੜਾ ਵੀ ਵੀਰ ਆਉਂਦਾ ਕਬੂਤਰ ਛੱਡ ਕੇ ਬੇਫਿਕਰ ਹੋ ਕੇ ਬੈਠਾ ਰਹਿੰਦਾ, ਜੇ ਕੋਈ ਜਿੱਤੂਗਾ ਤਾਂ ਕਬੂਤਰ ਹੀ ਜਿੱਤੂਗਾ, ਅਸੀਂ ਬੰਦਾ ਨਹੀਂ ਜਿਤਾਉਂਦੇ ਜੀ ਉਹਦੇ 'ਚ। ਇਸ ਗੱਲ ਨਾਲ ਮੈਂ ਵੀ ਬਹੁਤ ਸਹਿਮਤ ਹਾਂ ਜੀ, ਜਿਹੜਾ ਹਠਾੜ ਕਬੂਤਰਬਾਜ਼ੀ ਕਲੱਬ ਹੈ, ਮੇਰੀਆਂ ਖੁਦ ਐਂਟਰੀਆਂ ਹੁੰਦੀਆਂ ਉਹਦੇ ਵਿੱਚ,
ਅਤੇ ਇਹਨਾਂ ਦਾ ਜਿਹੜਾ ਰੋਟੀ ਪਾਣੀ ਦਾ ਪ੍ਰਬੰਧ ਹੈ ਜਾਂ ਪਿੰਡ ਦਾ ਜਿੰਨਾ ਵੀ ਸਹਿਯੋਗ ਹੈ, ਚਾਹੇ ਹਿਠਾੜ ਦਾ ਕੋਈ ਵੀ ਪਿੰਡ ਹੋਵੇ, ਬਹੁਤ ਸਹਿਯੋਗ ਹੁੰਦਾ, ਚਾਹੇ ਪਿੰਡ ਦਾ ਕੋਈ ਮੈਂਬਰ ਸਰਪੰਚ ਹੈ ਜਾਂ ਸੀਨੀਅਰ ਬੰਦਾ ਹੈ, ਤਾਂ ਬਹੁਤ ਹੀ ਕਬੂਤਰਾਂ ਵਾਲੇ ਵੀਰਾਂ ਨੂੰ ਪਿਆਰ ਕਰਦੇ ਹੈ। ਅਤੇ ਇੰਨਾ ਹੀ ਕਹਿਣਾ ਚਾਹਾਂਗੇ ਅੱਜ ਦੇ ਲਈ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਅਤੇ ਜਿਹੜਾ ਆਪਣਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਹੇਅਰ ਰਿਕਾਰਡ ਟੀਵੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਜੀ। ਅਤੇ ਬੜੀ ਖੁਸ਼ੀ ਹੋਈ ਅੱਜ ਹਿਠਾੜ ਕਬੂਤਰ ਕਲੱਬ ਵਾਲੇ ਵੀਰਾਂ ਨੂੰ ਮਿਲ ਕੇ, ਅਤੇ ਬਜ਼ੁਰਗ ਖਿਡਾਰੀ ਜੋ ਕਿ ਸਾਡੇ ਨਾਲ ਬੈਠੇ ਹੈ ਉਹਨਾਂ ਨੂੰ ਮਿਲ ਕੇ ਤਾਂ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚਿਹਰਾ ਵਿਖਾ ਦੀ ਉਹਦਾ, ਕਬੂਤਰ ਥੋੜੇ ਜਿਹੇ ਮਾੜੇ ਜਿਹੇ, ਸਲਾਮ ਉੱਨੀ ਵੀ ਕਰ ਲੈ, ਕਬੂਤਰ ਟੇਢਾ ਕਰ ਲੈ, ਬਹੁਤ ਹੈ। ਓਕੇ ਆ ਗਿਆ, ਚੱਲ ਬਾਹਰ ਆ। ਹਾਂਜੀ, ਆਪਾਂ ਟਹਿਲ ਸਿੰਘ ਦੇ ਘਰ ਤੋਂ ਹੁਣ ਆ ਗਏ ਹਾਂ, ਵੀਰ ਖਿਡਾਰੀ ਆਪਣੇ ਵਿੰਦਰ ਜੀ ਦੇ ਘਰ, ਅਤੇ ਨਾਲੇ ਤਾਂ ਉਹਨਾਂ ਦੇ ਤੁਹਾਨੂੰ ਵਿਖਾਉਣੇ ਆ ਕਬੂਤਰ, ਅਤੇ ਨਾਲੇ ਉਹਨਾਂ ਤੋਂ ਕੋਈ ਚਾਰ ਆਪਾਂ ਜਿਹੜੀਆਂ ਕਬੂਤਰਬਾਜ਼ੀ ਬਾਰੇ ਗੱਲਾਂ ਉਹ ਪੁੱਛਾਂਗੇ। ਹਾਂਜੀ ਵਿੰਦਰ ਜੀ, ਕਿਹੜੇ ਕਬੂਤਰ ਨੇ ਇਹ ਜਿਹੜੇ ਤੁਸੀਂ ਹੱਥ ਵਿੱਚ ਫੜੀ ਬੈਠੇ ਹੋ? ਪਹਿਲੇ ਤੁਸੀਂ ਲਏ ਸੀ ਜੀ ਮੈਂ ਤਾਂ, ਠੀਕ ਹੈ। ਹਾਂ, ਬਚਪਨ ਵੀ ਰੱਖੇ ਉਹਦੇ ਨਾਲ ਹੀ ਰੱਖੇ ਸੀ, ਉਦੋਂ ਹੀ ਲਏ ਰੱਖਣ ਲੱਗੇ ਨੇ ਜਦੋਂ ਮੈਂ ਰੱਖੇ। ਠੀਕ ਹੈ ਜੀ। ਇਹਨਾਂ ਦਾ ਵੀ ਕਹਿਣਾ ਹੈ ਕਿ ਇੱਥੋਂ ਦੇ ਜਿਹੜੇ ਆਪਾਂ ਖਿਡਾਰੀ ਟਹਿਲ ਸਿੰਘ ਨੂੰ ਹੁਣੇ ਮਿਲ ਕੇ ਆਏ ਹਾਂ, ਜਿਹਨਾਂ ਦੇ ਘਰੋਂ ਆਏ ਹੈ, ਉਹਨਾਂ ਦੀ ਨਸਲ ਇਹਨਾਂ ਕੋਲ ਹੈ, ਸਾਰੀ ਕਿੰਨੀ ਕੁ ਨਸਲ ਇਹ ਉੱਡਦੀ ਹੈ, ਕਿੰਨੀਆਂ ਕੁ ਬਾਜ਼ੀਆਂ ਤੁਸੀਂ ਜਿੱਤੀਆਂ ਇਹਨਾਂ ਨਾਲ? ਬਾਜ਼ੀਆਂ ਬਹੁਤ ਜਿੱਤੀਆਂ ਜੀ, ਬਹੁਤ ਹੀ ਬਾਜ਼ੀ ਜਿੱਤੀਆਂ। ਠੀਕ ਹੈ ਜੀ। ਸਾਰੀ ਟੇਲ ਵੇਖੋ ਤੁਸੀਂ, ਸਾਰਾ ਕੰਮ ਹੀ ਕਬੂਤਰਾਂ 'ਤੇ ਹੈ ਜੀ ਸਾਰਾ। ਠੀਕ ਹੈ ਜੀ। ਹਾਂ, ਕੀ ਤੁਹਾਡੇ ਜਿਹੜੇ ਅੱਗੇ ਤੁਹਾਡੇ ਘਰ ਵਾਲੀ ਹੈ ਜਾਂ ਤੁਹਾਡੇ ਬੱਚੇ ਹੈ, ਉਹ ਤੁਹਾਡਾ ਸਹਿਯੋਗ ਪੂਰਾ ਦਿੰਦੇ ਇਸ ਕੰਮ? ਪੂਰਾ ਜੀ, ਸਾਰਿਆਂ ਦਾ ਸਹਿਯੋਗ, ਸਾਨੂੰ ਸਾਰੇ ਟੱਬਰ ਦਾ ਸਹਿਯੋਗ ਹੈ ਪੂਰਾ, ਸਾਰੇ ਟੱਬਰ ਨੂੰ ਕਬੂਤਰਾਂ ਦਾ ਸ਼ੌਂਕ ਹੈ, ਸਾਰੇ ਟੱਬਰ ਹੀ ਸਾਰੇ ਬਲਾਮਾ ਪਾਉਂਦੇ। ਇਹ ਤੁਹਾਡਾ ਵੱਡਾ ਬੇਟਾ? ਹਾਂ, ਇਹ ਵੱਡਾ ਬੇਟਾ। ਤੁਹਾਨੂੰ ਵੀ ਪੂਰਾ ਸ਼ੌਂਕ ਹੈ ਕਬੂਤਰਾਂ ਦਾ, ਪੂਰੀ ਨੌਲੇਜ ਰੱਖਦੇ ਹੋ ਕਿਹੜਾ ਕਬੂਤਰ ਹੈ, ਕੀ ਹੈ, ਬਾਜ਼ੀਆਂ 'ਤੇ ਜਾਂਦੇ ਹੋ? ਆਹ ਜਿਹੜਾ ਹੱਥ 'ਚ ਕਬੂਤਰ ਫੜਿਆ ਤੁਸੀਂ, ਇਹ ਕਿਹੜਾ ਫੜਿਆ ਹੋਇਆ ਡੱਬਾ ਕਾਲੀਆਂ ਅੱਖਾਂ ਦਾ? ਵਿਖਾਓ ਆਪਾਂ ਆਪਦੇ ਜਿੰਨੇ ਵੀ ਖਿਡਾਰੀ ਵੀਰਾਂ ਵਿਖਾਉਣਾ ਚਾਹੁੰਦੇ ਆ, ਕਿਹੜੀ ਨਸਲ 'ਚੋਂ ਹੈ ਵੀਰੇ? ਇਹ ਕਿਹੜੀ ਨਸਲ ਦੀ ਹੈ ਜੀ? ਇਹ ਵੀ ਟਹਿਲ ਸਿੰਘ ਦੀ ਨਸਲ 'ਚੋਂ ਹੈ ਜੀ। ਡੱਬਾ ਉੱਪਰੋਂ ਉੱਡਦਾ ਸ਼ਾਇਦ ਚਿੱਟਾ ਦੀਂਦਾ ਹੋਊਗਾ, ਕੀ ਇਹ ਉੱਚੇ ਉੱਡਦੇ ਆ ਜਾਂ ਨੀਵੇਂ ਉੱਡਦੇ ਆ? ਉੱਚੇ ਉੱਡਦੇ ਆ, ਧੁੱਪ ਬਾਹਲੇ ਪੈੜੇ ਆ ਜੀ। ਠੀਕ ਹੈ ਜੀ। ਐਤਕੀ ਤੁਸੀਂ ਕਿੰਨੇ ਕਲੱਬਾਂ 'ਚ ਜਿਹੜੀਆਂ ਐਂਟਰੀਆਂ ਕਰਵਾਈਆਂ ਹੋਈਆਂ? ਐਂਟਰੀਆਂ ਛੇ ਕਲੱਬ ਕਰਾਏ ਜੀ। ਕਿਹੜੇ ਕਿਹੜੇ ਕਲੱਬ ਕਰਾਏ ਆ? ਇੱਕ ਤਾਂ ਤੇਰਾ ਕਲੱਬ ਕਰਾਇਆ। ਠੀਕ ਹੈ ਜੀ। ਇੱਕ ਤਾਂ ਗੁਰਦੇਵ ਦਾ ਕਲੱਬ ਕਰਾਇਆ। ਠੀਕ ਹੈ। ਇੱਕ ਨਵਣਾ ਬਰਾੜ ਕਲੱਬ ਕਰਾਇਆ। ਠੀਕ ਹੈ ਜੀ। ਇੱਕ ਸਾਡਾ ਠਾੜ ਵਾਲਾ ਕਲੱਬ ਕਰਾਇਆ। ਇੱਕ ਸੇਬੀ ਵਾਲਾ ਕਲੱਬ ਕਰਾਇਆ ਜੀ। ਠੀਕ ਹੈ। ਇੱਕ ਅਮਰ ਵਰੋੜਾ ਨੇ ਕਲੱਬ ਬਣਾਇਆ, ਉਹ ਕਰਾਇਆ, ਅਤੇ ਦੋ ਬਾਜੀਆਂ ਭੂਰੀ ਵਾਲੀਆਂ ਕਰਾਈਆਂ ਵੱਡੀਆਂ ਜੀ ਉਹ। ਠੀਕ ਹੈ ਜੀ। ਹਾਂ, ਇੰਨੇ ਕਲੱਬ ਇੰਟਰ ਕਰਾਏ ਜੀ। ਚਲੋ ਜੀ, ਇਹ ਤਾਂ ਥੋੜ੍ਹਾ ਜਿਹਾ ਸਾਡੇ ਸੰਦੀਪ ਕੈਮਰਾਮੈਨ ਨੂੰ ਕਹਾਂਗੇ ਕਿ ਥੋੜ੍ਹਾ ਜਿਹਾ ਨੇੜੇ ਹੋ ਕੇ ਇਹਨਾਂ ਦੇ ਜਿਹੜੇ ਅੰਦਰੋਂ ਕਬੂਤਰ ਵੀ ਵਿਖਾਏ ਜਾਣ, ਅਤੇ ਹੋਰ ਟਹਿਲ ਸਿੰਘ ਵਾਲੇ ਤੋਂ ਇਲਾਵਾ ਤੁਹਾਡੇ ਕੋਲ ਕੋਈ ਨਸਲ ਹੋਰ ਹੋਵੇ? ਹੋਰ ਕੋਈ ਨਸਲ ਨਹੀਂ, ਇੱਕੋ ਨਾਲ ਤੁਸੀਂ ਇੱਕੋ ਹੀ ਨਸਲ ਰੱਖੀ ਹੈ। ਅੱਛਾ, ਇਹਦੇ ਵਿੱਚ ਗੋਲੇ ਵੀ ਕੱਢ ਦਿੰਦੇ ਆ ਇਹ, ਲਾਲ ਚੀਨੇ ਵੀ, ਕਾਲੇ ਚੀਨੇ ਵੀ, ਮੋਜੇ, ਹਰ ਇੱਕ ਤਰ੍ਹਾਂ ਦੀ ਨਸਲ ਜਿਹੜੀ ਨਿਕਲਦੀ ਹੈ? ਸਾਰੀਆਂ ਸਾਰੀਆਂ ਨਸਲ ਇੱਕੋ ਹੀ ਨਸਲ ਹੈ, ਸਾਰੀ ਇੱਕੋ ਨਸਲ ਦੇ ਆ ਸਾਰੇ। ਬਹੁਤ ਹੀ ਖੂਬਸੂਰਤ ਕਬੂਤਰ ਹੈ ਜੀ, ਕਾਲੇ ਸਿੱਟੇ ਹੈ ਵਿੱਚ, ਪੂਛ ਦੇ ਵਿੱਚ ਕਾਲੇ ਖੰਭ ਹੈ, ਅਤੇ ਚਿੱਟੀਆਂ ਅੱਖਾਂ ਇਹਨਾਂ ਦੀਆਂ। ਕਿਹੜੀ ਕਿਹੜੀ ਅੱਖ ਦੇ ਹੈ ਜੀ ਇਹ ਕਬੂਤਰ ਜਿਹੜੇ ਹੋਰ? ਇਹ ਹੈਗੇ ਆ ਜੀ ਸ਼ਾਹ ਅੱਖੇ ਹੈਗੇ ਆ ਜੀ। ਠੀਕ ਹੈ। ਖੱਟੀਆਂ ਅੱਖਾਂ ਦੇ ਜੀ ਜ਼ਿਆਦੇ ਹੈ ਜੀ, ਖੱਟੀਆਂ ਅੱਖਾਂ ਵਾਲੇ। ਠੀਕ ਹੈ। ਤਿੰਨ ਅੱਖਾਂ ਵਾਲੇ ਜ਼ਿਆਦੇ। ਚਲੋ ਠੀਕ ਹੈ ਜੀ, ਹੁਣ ਓਕੇ, ਤੁਹਾਡੇ ਨਾਲ ਮਿਲ ਕੇ ਅਤੇ ਤੁਹਾਡੇ ਪਿੰਡ 'ਚ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ, ਅਤੇ ਅੱਜ ਦੇ ਲਈ ਇੰਨਾ ਹੀ ਹੈ ਜੀ। ਸਤਿ ਸ਼੍ਰੀ ਅਕਾਲ। ਇਹ ਬਾਈ ਸਾਡਾ ਸਟਾਰ ਕਬੂਤਰ ਹੈ, 14 ਸਾਲ ਹੋ ਗਏ ਮੁੱਢ ਇਸ ਤੋਂ ਬਣਿਆ, ਸਾਡੇ ਕਬੂਤਰ ਤੋਂ ਸਾਰੇ ਨਾਂ ਸਾਡਾ ਕਬੂਤਰ ਨੇ ਚਮਕਾਇਆ ਦੁਨੀਆਂ ਦੇ ਵਿੱਚ। ਇਹ ਕਬੂਤਰ ਅਸੀਂ ਜਸਰੀਰ ਤੋਂ ਲਿਆਂਦਾ ਸੀ ਪਹਿਲਾਂ, ਅਤੇ ਟਹਿਲੇ ਨਾਲ ਕਬੂਤਰਾਂ ਨਾਲ ਮਿਸ ਕਰਕੇ ਫਿਰ ਕਬੂਤਰ ਬਹੁਤ ਵਧੀਆ ਝੁੱਟ ਸਿਰਾ ਬਣ ਗਿਆ ਸਾਡੇ ਕੋਲ। ਵੀਰ ਜੀ, ਇਹ ਬਿੰਦਰ ਕਿੰਗਰਾ ਜੀ ਨੇ ਜਿੱਥੇ ਜਿੱਥੇ ਬਾਜ਼ੀਆਂ ਛੱਡੀਆਂ ਉਹਨਾਂ ਦੀਆਂ ਇਹ ਸ਼ੀਲਡਾਂ ਤੁਸੀਂ ਦੇਖ ਰਹੇ ਹੋ, ਕਾਫੀ
ਪੰਜਾਬ ਦੇ ਵਿੱਚ ਸ਼ੀਲਡਾਂ ਕਿੱਥੋਂ ਕਿੱਥੋਂ ਦਿੱਤੀਆਂ ਜੀ ਇਹ ਸ਼ੀਲਡਾਂ ਕਿੱਥੇ ਕਿੱਥੇ ਕਬੂਤਰ ਉੱਡੇ ਆ ਜੀ ਇਹ ਸਾਰੇ ਠਾੜ ਕੇ ਦਿੱਤੀਆਂ ਹੋਈਆਂ ਜੀ ਠੀਕ ਹੈ ਜੀ ਠਾੜ ਕੇ ਸਾਰੀ ਦਿੱਤੀਆਂ ਠੀਕ ਹੈ ਜੀ ਹਾਂਜੀ ਬਹੁਤ ਨਾਮ ਕਾਫੀ ਜਿੱਤੇ ਹੈ ਕਾਫੀ ਨਾਮ ਇਹਨਾਂ ਦਾ ਬਿੰਦਰ ਕਿੰਗਰੇ ਜੀ ਦਾ ਲੁਧਿਆਣੇ ਹੋਰ ਏਰੀਆ 'ਚ ਹੁਸ਼ਿਆਰਪੁਰ ਜਲੰਧਰ ਵੀ ਇਹਨਾਂ ਦੇ ਜਿਹੜੇ ਹੈਗੇ ਹੈ ਚੇਲੇ ਕਾਫੀ ਬਣੇ ਹੋਏ ਹੈ ਅਤੇ ਸੋ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਜਿੰਨੇ ਵੀ ਆ ਤੁਹਾਡੇ ਵੇਖ ਕੇ ਬੜਾ ਵਧੀਆ ਲੱਗਿਆ ਸਾਨੂੰ ਅਤੇ ਬਹੁਤ ਬਹੁਤ ਵਧਾਈ ਜੀ ਤੁਹਾਨੂੰ ਕੋਈ ਬੋਲਦੇ ਕੀ ਸ਼ੌਕ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦੇ ਸੀ ਮੇਰੇ ਬਾਰੇ ਕਿ ਜਦੋਂ ਮੈਂ ਛੋਟੀ ਉਮਰ 'ਚ ਕਬੂਤਰ ਰੱਖੇ ਸੀ ਤਾਂ ਮੈਂ ਵੀ ਇੱਥੇ ਬਿੰਦਰ ਦੇ ਪਿੰਡ ਬਾਜੀ ਛੱਡੀ ਸੀ ਨਾਮ ਲਿਖਾਇਆ ਸੀ ਭਿੰਦਰ ਚੱਕੜੇ ਵਾਲਾ ਅਤੇ ਇਸ ਵੀਰ ਨੇ ਉੱਪਰ ਛੱਤ ਤੋਂ ਆਵਾਜ਼ ਦਿੱਤੀ ਕਿ ਭਿੰਦਰ ਚਰਖੜੇ ਵਾਲਾ ਮੇਰਾ ਨਾਂ ਜਿਹੜਾ ਬਿੰਦਰ ਹੈ ਰੱਖਣ ਵਾਲਾ ਹੈ ਕਿ ਚਰਖੜੇ ਵਾਲਾ ਨਾਂ ਇਹਨੇ ਰੱਖਿਆ ਸੀ ਪਿਛਲੇ ਤੋਂ ਪਿਛਲੇ ਸਾਲ ਵੀ ਮੈਂ ਇੱਥੇ ਬਾਜੀ ਹੈ ਜਿਹੜੀ ਮੋਟਰਸਾਈਕਲ ਜਿੱਤਿਆ ਸੀਗਾ ਅਤੇ ਵੀਰ ਦੀ ਦੇਣ ਹੈ ਮੇਰਾ ਨਾਂ ਜਿਹੜਾ ਭਿੰਦਰ ਚੱਕੜੇ ਵਾਲਾ ਹੈ ਅਤੇ ਉਹਦੇ ਲਈ ਵੀ ਮੈਂ ਇਹਨੂੰ ਧੰਨਵਾਦ ਕਹਿਣਾ ਚਾਹੂੰਗਾ ਕਿ ਮੇਰਾ ਨਾਂ ਬਣਾਉਣ 'ਚ ਭਿੰਦਰ ਚੱਕੜੇ ਵਾਲਾ ਬਿੰਦਰ ਦਾ ਬਹੁਤ ਵੱਡਾ ਹੱਥ ਹੈ ਅਤੇ ਥੈਂਕ ਯੂ ਤੁਹਾਡੇ ਕਰਕੇ ਮੈਨੂੰ ਅੱਜ ਚਾਰ ਲੋਕ ਜਾਣਦੇ ਆ ਜੀ ਹਾਂਜੀ ਹਾਂਜੀ ਧੰਨਵਾਦ ਧੰਨਵਾਦ ਧੰਨਵਾਦ